ਸਤਨਾਮ ਤਨ ਵਾਹਿ ਗੁਰੂ ਸਾਹਿਬ ਜੀਓ ਤੁਧ ਸਲਾਹਨ ਤਿਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਰਮ ਸਨਮਾਨ ਯੋਗ ਸਾਹਿਬ ਸਤਗੁਰੂ ਸਹਿਬ ਧੰਗੁਰੂ ਗੁਰੰਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਕਿ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਸਮੇਂ ਨੂੰ ਜੀਵਨ ਦੀਆਂ ਕੁਝ ਕੁ ਘੜੀਆਂ ਨੂੰ ਸਫਲ ਬਣਾਉਣ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ ਆਪ ਜੀ ਨੇ ਪਹਿਲਾਂ ਗੁਰੂ ਸਵਾਰੀਆਂ ਤੋਂ ਬੜੇ ਅਦਬ ਸਤਕਾਰ ਦੇ ਨਾਲ ਵੱਡੇ ਕੀਆਂ ਵਡਿਆਈਆਂ ਪਾਵਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਸੋ ਆਓ ਜਿੱਥੇ ਆਪ ਜੀ ਨੇ ਬੜੇ ਅਦਬ ਸਤਕਾਰ ਦੇ ਨਾਲ ਰਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਉਥੇ ਗੁਰਮਤ ਵਿਚਾਰਾਂ ਦੇ ਨਾਲ ਗੁਰਸ਼ਬਦ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਖਸ਼ੋ ਅਸੀਸ ਪਾਓ ਗੁਰ ਫਤੇ ਨਾਲ ਸਾਜ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਮੁਕਤੇ ਸਿਵੇ ਮੁਕਤਾ ਹੋਵੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਬੰਧਨ ਨੇ ਘਰ ਦਾ ਬੰਧਨ ਹੈ ਪਰਿਵਾਰ ਦਾ ਬੰਧਨ ਹੈ ਉਸ ਤੋਂ ਬਾਅਦ ਵੇਖਿਆ ਜਾਏ ਵਿਕਾਰਾਂ ਦੇ ਬੰਧਨ ਨੇ ਬੁਰੀਆਂ ਆਂ ਦਾ ਬੰਧਨ ਹੈ ਤੇ ਓਗੁਣਾ ਦਾ ਬੰਧਨ ਹੈ ਕਈ ਤਰ੍ਹਾਂ ਦੇ ਬੰਧਨ ਨੇ ਤੇ ਜਦੋਂ ਤੱਕ ਮਨੁੱਖ ਮਾੜੇ ਬੰਧਨਾਂ ਦੇ ਵਿੱਚ ਫਸ ਗਿਆ ਉਦੋਂ ਤੱਕ ਉਹ ਆਜ਼ਾਦੀ ਨਹੀਂ ਮਾਨ ਸਕੇਗਾ ਉਹ ਸੁੱਖ ਨਹੀਂ ਮਾਨ ਸਕੇਗਾ ਮਨ ਦੀ ਸ਼ਾਂਤੀ ਪੀਸ ਆਫ ਮਾਈਂਡ ਉਹ ਮਾਨ ਨਹੀਂ ਸਕੇਗਾ ਕਦੋਂ ਜਦੋਂ ਤੱਕ ਬੰਧਨਾਂ ਦੇ ਵਿੱਚ ਫਸਿਆ ਪਿਆ ਏ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜਦੇ ਹਾਂ ਤੇ ਸਤਿਗੁਰੂ ਆਖਦੇ ਨੇ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ ਸਾਹਿਬ ਕਹਿੰਦੇ ਜਿਤਨੇ ਵੀ ਓਗਣ ਨੇ ਮਨੋ ਇੱਕ ਬੰਧਨ ਨੇ ਉਹ ਗਲ ਦੇ ਵਿੱਚ ਜੰਜੀਰਾ ਨੇ ਜੇ ਗੁਣ ਹੋਣ ਤਾਂ ਕੱਟੀਆਂ ਨ ਸੇ ਭਾਈ ਸੇ ਵੀਰ ਸਾਹਿਬ ਕਹਿੰਦੇ ਉਹ ਗੁਣਾ ਨੂੰ ਕੇਵਲ ਤਾਂ ਕੇਵਲ ਗੁਨਾ ਦੇ ਨਾਲ ਕੱਟਿਆ ਜਾ ਸਕਦਾ ਏ ਬੰਧਨ ਓਗਣ ਇੱਕ ਬਹੁਤ ਵੱਡੇ ਬੰਧਨ ਨੇ ਇਨਸਾਨ ਨੇ ਮੁਕਤ ਹੋਣਾ ਤੇ ਸਿੱਖ ਧਰਮ ਦਾ ਜਿਹੜਾ ਸਿਧਾਂਤ ਤੇ ਉਹ ਜਿਉਂਦਿਆਂ ਜੀ ਮੁਕਤ ਹੁੰਦਾ ਹੈ ਭਗਤ ਨਾਮਦੇਵ ਜੀ ਦਾ ਉਹ ਬਚਨ ਪੜ੍ਹਦੇ ਹਾਂ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਬ੍ਰਾਹਮਣ ਕਹਿੰਦੇ ਨੇ ਪੰਡਤ ਆਖਦੇ ਨੇ ਇਹ ਭਗਤ ਨਾਮਦੇਵ ਤੂੰ ਆ ਕਰ ਤੂੰ ਦਾਨ ਕਰ ਤੂੰ ਆ ਕਰਮ ਕਰ ਤੈਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ ਤੇ ਭਗਤ ਨਾਮਦੇਵ ਜੀ ਉਹਨਾਂ ਲੋਕਾਂ ਨੂੰ ਮੁਖਾਤਵ ਕਰਕੇ ਆਖਦੇ ਨੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਤੋ ਜੇਕਰ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲਨੀ ਹੈ ਮੈਂ ਉਸ ਮੁਕਤੀ ਨੂੰ ਪਰਵਾਹ ਨਹੀਂ ਕਰਦਾ ਮੈਨੂੰ ਜਿਉਂਦਿਆਂ ਜੀ ਮੁਕਤ ਕਰੋ ਤੇ ਸਿੱਖ ਧਰਮ ਦਾ ਜਿਹੜਾ ਸਿਧਾਂਤ ਹੈ ਜੀਵਨ ਮੁਕਤ ਹਿਦੈ ਭਗਵੰਤ ਜਿਉਂਦਿਆਂ ਜੀ ਮੁਕਤ ਹੋਣਾ ਹੁਣ ਵੇਖਿਆ ਜਾਏ ਪਾਣੀ ਇੱਕ ਸਰਕਲ ਦੇ ਵਿੱਚ ਇੱਕ ਚੱਕਰ ਦੇ ਵਿੱਚ ਚਲਦਾ ਪਿਆ ਹੈ ਸਮੁੰਦਰਾਂ ਤੋਂ ਜਲ ਵਾਸ਼ਪਤ ਹੋ ਕਰਕੇ ਪਾਣੀ ਬੱਦਲਾਂ ਦੇ ਵਿੱਚ ਗਿਆ ਤੇ ਜਦੋਂ ਬੱਦਲਾਂ ਦੇ ਵਿੱਚ ਗਿਆ ਏ ਉਹ ਮਦਾਨੀ ਇਲਾਕਿਆਂ ਦੇ ਵਿੱਚ ਪਹਾੜਾਂ ਦੇ ਉੱਤੇ ਵਰ੍ਹਸ਼ਿਆ ਬਰਫ਼ ਜੰਮ ਗਈ ਤੇ ਸੂਰਜ ਦੀ ਰੋਸ਼ਨੀ ਦੇ ਨਾਲ ਜਦੋਂ ਬਰਫ਼ ਪਿਗਲੀ ਪਾਣੀ ਦਾ ਰੂਪ ਧਾਰ ਲਿਆ ਇੱਕ ਝਰਨੇ ਦਾ ਰੂਪ ਧਾਰਿਆ ਬਾਅਦ ਚੋਂ ਇੱਕ ਨਦੀ ਦਾ ਰੂਪ ਧਾਰ ਲਿਆ ਤੇ ਜਦੋਂ ਨਦੀ ਦਾ ਰੂਪ ਧਾਰਿਆ ਵਹਿੰਦਾ ਗਿਆ ਵਹਿੰਦਾ ਗਿਆ ਅੰਤ ਵਿੱਚ ਜਾ ਕਰਕੇ ਸਮੁੰਦਰ ਦੇ ਵਿੱਚ ਦੁਆਰਾ ਮਿਲ ਗਿਆ ਫਿਰ ਉਸੇ ਜਗ੍ਹਾ ਤੇ ਆ ਗਿਆ ਜਿੱਥੋਂ ਚੱਲਿਆ ਸੀ ਜਿੱਥੋਂ ਯਾਤਰਾ ਆਰੰਭ ਕੀਤੀ ਸੀ ਕੋਮ ਫਿਰਕੇ ਪਾਣੀ ਦਾ ਉਹੀ ਸਰਕਲ ਚਲਦਾ ਰਹਿੰਦਾ ਏ ਸਮੁੰਦਰ ਤੋਂ ਬਦਲਾਂ ਦੇ ਵਿੱਚ ਗਿਆ ਪਾਣੀ ਜਲਵਾਸ਼ਪਤ ਹੋ ਕਰਕੇ ਬਦਲਾਂ ਤੋਂ ਵਾਪਸ ਪਰਬਤਾਂ ਤੇ ਆਇਆ ਮਦਾਨੀ ਇਲਾਕਿਆਂ ਦੇ ਵਿੱਚ ਵਰ੍ਹਿਆ ਨਦੀ ਦਾ ਰੂਪ ਧਾਰਿਆ ਦਰਿਆਵਾਂ ਦਾ ਰੂਪ ਧਾਰਿਆ ਨਾਲਿਆਂ ਦਾ ਰੂਪ ਧਾਰਿਆ ਵਾਪਸ ਆ ਕਰਕੇ ਦਰਿਆ ਦੇ ਵਿੱਚ ਮਿਲ ਗਿਆ ਪਾਣੀ ਇੱਕ ਸਰਕਲ ਦੇ ਵਿੱਚ ਚਲਦਾ ਪਿਆ ਇਸੇ ਤਰ੍ਹਾਂ ਇਨਸਾਨ ਦਾ ਜੀਵਨ ਏ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਹੁੰਦਾ ਏ ਉਸ ਤੋਂ ਬਾਅਦ ਜਨਮ ਹੋਇਆ ਫਿਰ ਬਚਪਨ ਫਿਰ ਜਵਾਨੀ ਫਿਰ ਬੁਢੇਪਾ ਫਿਰ ਮਰ ਗਿਆ ਤੇ ਜੇਕਰ ਧਰਮ ਨਹੀਂ ਕਮਾਇਆ ਫਿਰ ਜਮਨ ਮਰਨ ਦੀ ਗੇੜ ਵਿੱਚ ਪੈ ਜਾਂਦਾ ਏ ਇਹਨੂੰ ਕਹਿੰਦੇ ਨੇ ਜਮਨ ਅਤੇ ਮਰਨ ਦਾ ਬੰਧਨ ਤੇ ਵੇਖਿਆ ਜਾਏ ਜਦੋਂ ਤੱਕ ਕੋਈ ਇਨਸਾਨ ਬੰਧਨ ਦੇ ਵਿੱਚ ਫਸਿਆ ਏ ਉਹ ਸਹੀ ਤਰੀਕੇ ਦੇ ਨਾਲ ਧਰਮ ਦੇ ਮਾਰਗ ਉੱਤੇ ਤੁਰ ਨਹੀਂ ਸਕੇਗਾ ਇੱਕ ਪੰਛੀ ਜਾਲ ਦੇ ਵਿੱਚ ਫਸ ਗਿਆ ਸ਼ਿਕਾਰੀ ਨੇ ਚੋਗਾ ਪਾਇਆ ਉਹ ਜਾਲ ਦੇ ਵਿੱਚ ਫਸ ਗਿਆ ਹੁਣ ਉੱਡ ਨਹੀਂ ਸਕਦਾ ਕਿਉਂ ਜਾਲ ਦੇ ਬੰਧਨ ਦੇ ਵਿੱਚ ਫਸ ਚੁਕਿਆ ਏ ਇਹ ਕੈਦੀ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਨੇ ਉਹਦੇ ਪੈਰਾਂ ਨੂੰ ਬੇੜੀਆਂ ਲੱਗੀਆਂ ਨੇ ਉਹ ਬੰਧਨ ਦੇ ਵਿੱਚ ਫਸਿਆ ਉਹ 도ੜ ਨਹੀਂ ਸਕਦਾ ਕਹਿਣ ਤੂੰ ਭਾਵ ਕਹਿਣ ਤੂੰ ਮੁਰਾਦ ਜਦੋਂ ਇਨਸਾਨ ਕਿਸੇ ਬੰਧਨ ਦੇ ਵਿੱਚ ਫਸ ਜਾਏ ਉਹ ਕਦੀ ਵੀ ਆਜ਼ਾਦੀ ਨਹੀਂ ਮਾਨ ਸਕੇਗਾ ਕਦੀ ਵੀ ਸੁੱਖ ਨਹੀਂ ਮਾਨ ਸਕੇਗਾ ਕਦੀ ਵੀ ਜੀਵਨ ਦੇ ਵਿੱਚ ਸ਼ਾਂਤੀ ਨੂੰ ਲਿਆ ਨਾ ਸਕੇਗਾ ਕਦੂ ਜਦੋਂ ਤੱਕ ਬੰਧਨਾ ਦੇ ਵਿੱਚ ਫਸਿਆ ਪਿਆਏ ਤੇ ਸਿੱਖ ਨੇ ਜਿਉਂਦੇ ਜੀ ਮੁਕਤ ਹੋਣਾ ਤੇ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਸਹਿਬ ਜੀ ਕਹਿੰਦੇ ਆ ਮੁਕਤ ਕਿਵੇਂ ਹੋਣਾ ਮੈਂ ਤੈਨੂੰ ਦੱਸਾਂ ਮੁਕਤੇ ਸੇਵੇ ਮੁਕਤਾ ਹੋਵੇ ਗੁਰੂ ਹੈ ਮੁਕਤ ਮਾਇਆ ਦੇ ਮੋਹ ਤੋਂ ਮੁਕਤ ਹੈ ਵਿਕਾਰਾਂ ਤੋਂ ਮੁਕਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਏਗਾ ਉਹ ਮੁਕਤ ਹੋ ਜਾਏਗਾ ਐਸੇ ਗੁਰ ਕੋ ਬਲਬਲ ਜਾਈ ਗਿਆ ਆਪ ਮੁਕਤ ਮੋਹ ਤਾਰੇ ਗੁਰੂ ਆਪ ਮੁਕਤੇ ਦੂਸਰਿਆਂ ਨੂੰ ਮੁਕਤ ਕਰਦਾ ਤੇ ਜੇਕਰ ਸਿੱਖ ਸੋਚੇ ਮੈਂ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਦਰਾਂ ਤੇ ਜਾਵਾਂ ਤੇ ਮੈਨੂੰ ਮੁਕਤੀ ਮਿਲ ਜਾਏਗੀ ਗੁਰੂ ਨੂੰ ਛੱਡ ਕੇ ਮੈਂ ਹੋਰ ਪਾਸੇ ਜੁੜਾਂ ਤੇ ਮੈਨੂੰ ਮੁਕਤੀ ਮਿਲ ਜਾਏਗੀ ਤੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਬਾਕ ਕਮਾਲ ਦੇ ਬਚਨ ਕਰਦੇ ਨੇ ਭਾਈ ਗੁਰਦਾਸ ਕਹਿਣ ਲੱਗੇ ਗੁਰਦਾਸ ਜੀ ਕਹਿਣ ਲੱਗੇ ਸਿਖਾ ਜੇਕਰ ਤੂੰ ਮਨ ਦੇ ਵਿੱਚ ਸੋਚੇ ਮੈਂ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ ਤੇ ਜਾਵਾਂ ਮੈਨੂੰ ਮੁਕਤੀ ਮਿਲ ਜਾਏਗੀ ਭਾਈ ਗੁਰਦਾਸ ਕਹਿਣ ਲੱਗੇ ਕਦੇ ਨਹੀਂ ਹੋ ਸਕਦਾ ਤਿੰਨ ਕੋ ਉਦਾਹਰਨਾ ਦਿੱਤੀਆਂ ਨੇ ਭਾਈ ਗੁਰਦਾਸ ਕਹਿਣ ਲੱਗੇ ਜੇਕਰ ਹੰਸ ਮਨ ਸਰੋਵਰ ਨੂੰ ਛੱਡ ਕੇ ਛੱਪੜ ਤੇ ਚਲਾ ਜਾਏ ਆਖੇ ਮੈਨੂੰ ਉੱਥੇ ਹੀਰੇ ਮੋਤੀ ਮਿਲਣਗੇ ਉਹ ਸੋਚੇ ਉੱਥੇ ਮੈਨੂੰ ਵਧੀਆ ਖੁਰਾਕ ਮਿਲੇਗੀ ਭਾਈ ਗੁਰਦਾਸ ਕਹਿਣ ਲੱਗੇ ਕਦੀ ਨਹੀਂ ਜੇਕਰ ਇੱਕ ਹੰਸ ਮਨ ਸਰੋਵਰ ਨੂੰ ਛੱਡ ਕੇ ਛੱਪੜ ਦੇ ਕੰਡੇ ਜਾ ਕਰਕੇ ਬੈੰਦਾ ਬਗਲਿਆਂ ਦੀ ਸੰਗਤ ਕਰਦਾ ਤੇ ਕਦੀ ਵੀ ਉਹਨੂੰ ਹੀਰੇ ਮੋਤੀ ਨਹੀਂ ਮਿਲਣਗੇ ਚੰਗੀ ਖੁਰਾਕ ਨਹੀਂ ਮਿਲੇਗੀ ਮਨ ਸਰੋਵਰ ਵਾਲਾ ਉਹਨੂੰ ਨਿਗ ਨਹੀਂ ਮਿਲੇਗਾ ਤੇ ਨੰਬਰ 2 ਤੇ ਆਪ ਦੀ ਜਿਹੜੀ ਕੋਲੇ ਬੰਸ ਸੇ ਉਹਨੂੰ ਲੱਜੀ ਤੇ ਉਹਨੂੰ ਕਲੰਕੀ ਕਰਵਾ ਲੇਗਾ ਦੂਸਰੀ ਐਗਜ਼ਾਮਪਲ ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਹੋਰਾਂ ਨੇ ਦਿੱਤੀ ਭਾਈ ਗੁਰਦਾਸ ਕਹਿਣ ਲੱਗੇ ਕਿ ਜੇਕਰ ਇੱਕ ਪਪੀਹਾ ਕੀ ਕਰੇ ਸਵੰਤੀ ਬੂੰਦ ਨੂੰ ਛੱਡ ਕੇ ਹੋਰ ਬੂੰਦਾ ਪੀਣੀਆਂ ਆਰੰਭ ਕਰ ਦੇ ਪਹਿਲੀ ਗੱਲ ਤੇ ਸਵੰਤੀ ਬੂੰਦ ਤੋਂ ਬਿਨਾ ਉਹਦੀ ਪਿਆਸ ਨਹੀਂ ਜਾ ਸਕਦੀ ਤੇ ਜੇਕਰ ਸਵੰਤੀ ਬੂੰਦ ਤੋਂ ਬਿਨਾ ਉਹਦੀ ਪਿਆਸ ਚਲੀ ਜਾਏਗੀ ਤੇ ਪਪੀਹੇ ਨੂੰ ਸਵੰਤੀ ਬੂੰਦ ਦਾ ਆਸ਼ਕ ਨਹੀਂ ਕਿਹਾ ਜਾ ਸਕਦਾ ਉਹ ਵੀ ਆਪਣੇ ਆਪ ਨੂੰ ਕਲੰਕਿਤ ਕਰੇਗਾ ਕੋਲੋਂ ਕਲੰਕਿਤ ਕਰੇਗਾ ਭਾਈ ਗੁਰਦਾਸ ਕਹਿੰਦੇ ਨੰਬਰ 3 ਤੇ ਜਿਹੜੀ ਮੱਛਲੀ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਤੇ ਬਾਈ ਚਾਂਸ ਜੇਕਰ ਪਾਣੀ ਤੋਂ ਬਿਨਾ ਰਹਿ ਵੀ ਜਾਏ ਤੇ ਉਹ ਆਪ ਦੀ ਕੁੱਲ ਨੂੰ ਕਲੰਕਿਤ ਕਰਵਾਏਗੀ ਮੱਛਲੀ ਨੂੰ ਪਾਣੀ ਦੀ ਪ੍ਰਮਾਨ ਨਹੀਂ ਕਿਹਾ ਜਾ ਸਕਦਾ ਤਿੰਨ ਉਦਾਹਰਨਾਂ ਦੇ ਕਰਕੇ ਜਿਹੜਾ ਤਤਸਾਰ ਜਿਹੜਾ ਸਿੱਟਾ ਭਾਈ ਗੁਰਦਾਸ ਜੀ ਹੋਰਾਂ ਨੇ ਕੱਢਿਆ ਭਾਈ ਸਾਹਿਬ ਕਹਿਣਗੇ ਵੇਖੋ ਜਿਸ ਤਰ੍ਹਾਂ ਹੰਸ ਮਾਨਸ ਸਰੋਵਰ ਨੂੰ ਛੱਡ ਕੇ ਛੱਪੜਤੇ ਜਾਏ ਉਹਨੂੰ ਕਦੀ ਵੀ ਚੰਗੀ ਖੁਰਾਕ ਨਹੀਂ ਮਿਲਦੀ ਮੱਛੀ ਜਿਸ ਤਰ੍ਹਾਂ ਪਾਣੀ ਤੂੰ ਬਿਗੈਰ ਜਿਉਂਦੀ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਇੱਕ ਪਪੀਹਾ ਸਵੰਤੀ ਬੂਣ ਤੋਂ ਬਿਨਾ ਤ੍ਰਿਪਤ ਨਹੀਂ ਹੋ ਸਕਦਾ ਤੇ ਜੇਕਰ ਸਿੱਖ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ ਤੇ ਜਾਏ ਆਖੇ ਜੀ ਮੁਕਤ ਹੋ ਜਾਵਾਂਗਾ ਭਾਈ ਗੁਰਦਾਸ ਕਹਿੰਨ ਲਗੇ ਸਿੱਖ ਕਦੀ ਨਹੀਂ ਮੁਕਤ ਹੋਏਗਾ ਜੇਕਰ ਉਹ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ ਤੇ ਜਾ ਰਿਹਾ ਹੋਰ ਥਾਵਾਂ ਤੇ ਜਾ ਕਰਕੇ ਮੱਥੇ ਰਗੜਦਾ ਪਿਆਏ ਆਪਦੀ ਨੱਕ ਰਗੜਦਾ ਪਿਆ ਆਖੇ ਜੀ ਮੈਂ ਮੁਕਤ ਹੋ ਜਾਵਾਂਗਾ ਉਹ ਕਦੀ ਨਹੀਂ ਹੋ ਸਕੇਗਾ ਤੇ ਭਾਈ ਗੁਰੂ ਦਾਸ ਜੀ ਨੇ ਇੱਕ ਨੁਕਤਾ ਹੋਰ ਦੱਸ ਦਿੱਤਾ ਭਾਈ ਗੁਰੂ ਦਾਸ ਕਹਿਣਗੇ ਹੰਸ ਜੇਕਰ ਮਨ ਸਰੋਵਰ ਨੂੰ ਛੱਡ ਕੇ ਜਾਏਗਾ ਛੱਪੜ ਤੇ ਕਲੰਕੀ ਹੋਏਗਾ ਜੇਕਰ ਪਾਣੀ ਜੇਕਰ ਮੱਛੀ ਪਾਣੀ ਤੋਂ ਬਿਨਾ ਜੀਵਤ ਰਹੇਗੀ ਆਪਣੇ ਆਪ ਨੂੰ ਕਲੰਕੀ ਕਰਵਾਏਗੀ ਇੱਕ ਪਪੀਹਾ ਸਵੰਤੀ ਬੂਨ ਤੋਂ ਬਿਨਾ ਜਿਉਂਦਾ ਰਹੇਗਾ ਆਪਣੇ ਆਪ ਨੂੰ ਕਲੰਕੀ ਕਰਵਾਏਗਾ ਸਿੱਖ ਵੀ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ ਤੇ ਜਾਏਗਾ ਆਪਣੇ ਆਪ ਨੂੰ ਕਲੰਕੀ ਕਰਵਾਏਗਾ ਭਾਈ ਸਾਹਿਬ ਦੇ ਬਚਨ ਮਾਨਸਰ ਤਿਆਗ ਆਨਸਰ ਜਾਏ ਬੈਠੇ ਹੰਸ ਖਾਈ ਜਲ ਜੰਤ ਹੰਸ ਬੰਸੈ ਲ ਜਾਵਈ ਸਲਿਲ ਵਿਸ਼ੋਪੇ ਜੀਤ ਜੂ ਰਹਿ ਮੀਨ ਕਪਟ ਸਨੇਕੈ ਸਨੇਹੀ ਨਾ ਕਹਾਵਈ ਬਿਨ ਘਨ ਬੂੰਦ ਜੋ ਅਨਤ ਜਲ ਪਾਨ ਕਰੈ ਚਾਤ੍ਰਿਕ ਸੰਤਾਨ ਵਿਛੈ ਲਾਚਨ ਵਿਖੈ ਲਾਚਨ ਲਗਾਵਈ ਚਰਨ ਕਮਲ ਆਲ ਗੁਰ ਸਿਖ ਮੋਖ ਹੋਏ ਆਨ ਦੇਵ ਸੇਵਕ ਹੋਏ ਮੁਕਤ ਨਾ ਪਾਵੇ ਭਾਈ ਗੁਰਦਾਸ ਕਹਿੰਨੇਗੇ ਸਿੱਖ ਇੱਕ ਤੇ ਕਲੰਕੀ ਹੋਏਗਾ ਨੰਬਰ 2 ਤੇ ਗੁਰੂ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ ਅੱਜ ਵੇਖਦੇ ਹਾਂ ਜਦੋਂ ਸਿੱਖ ਸਿਰ ਤੇ ਦਸਤਾਰ ਬਨ ਕੇ ਉਤੋਂ ਦੀ ਸ਼੍ਰੀ ਸਾਹ ਪਾ ਕਰਕੇ ਕਿਸੇ ਸਮਾਦ ਨੂੰ ਮੱਥਾ ਟੇਕਦਾ ਹੁੰਦਾ ਮਨ ਆਪਣੇ ਆਪ ਨੂੰ ਕਲੰਕੀ ਕਰਦਾ ਪਿਆ ਵੀ ਗੁਰੂ ਦੀ ਪੰਜ ਕਕਾਰੀ ਵਰਦੀ ਪਾ ਕਰਕੇ ਤੂੰ ਸਮਾਦਾਂ ਤੇ ਮੱਥੇ ਪਿਆ ਟੇਕਦਾ ਜਦੋਂ ਸਿੱਖ ਸਿਰ ਤੇ ਦਸਤਾਰ ਬਨ ਕੇ ਸ੍ਰੀ ਸਾਹਿਬ ਪਾ ਕਰਕੇ ਕਿਸੇ ਦੇਹ ਧਾਰੀ ਦੇ ਪੈਰਾਂ ਦੇ ਵਿੱਚ ਕਦਮਾਂ ਦੇ ਵਿੱਚ ਆਪ ਦਾ ਸਿਰ ਰੱਖਦਾ ਏ ਪਹਿਲੀ ਗੱਲ ਤੇ ਆਪਣੇ ਆਪ ਨੂੰ ਕਲੰਕੀ ਕਰਦਾ ਪਿਆ ਏ ਉਹਨੂੰ ਪਤਾ ਨਹੀਂ ਵੀ ਅੰਮ੍ਰਿਤ ਛਕਣ ਵੇਲੇ ਪੰਜ ਪਿਆਰੀਆਂ ਨੇ ਹੁਕਮ ਕੀਤਾ ਸੀ ਵੀ ਸਿੱਖਾ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਇਲਾਵਾ ਕਿਸੇ ਅੱਗੇ ਸਿਰ ਨਾ ਝੁਕੇ ਸਿਰ ਝੁਕਾਉਣ ਦਾ ਬਹੁਤ ਵੱਡਾ ਮਾਇਨਾ ਸ਼ਾਇਦ ਅਸੀਂ ਇੰਝ ਹੀ ਸਮਝ ਲਿਆ ਸਿਰ ਸਿਰ ਕਿੱਥੇ ਝੁਕਦਾ ਖਾਸ ਕਰਕੇ ਚਾਰ ਕੰਮਾਂ ਦੇ ਵਿੱਚ ਸਿਰ ਝੁਕਦਾ ਜਾਂ ਬੰਦੇ ਦਾ ਸ਼ਰਮ ਦੇ ਵਿੱਚ ਸਿਰ ਝੁਕਦਾ ਜਾਂ ਜਿਹੜਾ ਬੰਦਾ ਹਾਰ ਜਾਏ ਉਹ ਸਿਰ ਝੁਕਾਉਂਦਾ ਏ ਤੇ ਜਾਂ ਫਿਰ ਜਿਹੜਾ ਬੰਦਾ ਵਾਰ-ਵਾਰ ਪਖੰਡ ਕਰਦਾ ਪਿਆ ਉਹ ਸਿਰ ਝੁਕਾਏਗਾ ਨੰਬਰ 4 ਸਤਕਾਰ ਦੇ ਤੌਰ ਤੇ ਸਿਰ ਝੁਕਾਇਆ ਜਾਂਦਾ ਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਕਰ ਕੇ ਨਮਸਕਾਰ ਕਰਦੇ ਆ ਸਿਰ ਝੁਕਾਉਂਦੇ ਆ ਪਹਿਲੇ ਨੰਬਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ ਅਸੀਂ ਇਹਨਾਂ ਦਾ ਸਤਕਾਰ ਭੇ ਕਰਦੇ ਆ ਸਿਰ ਝੁਕਾਉਣ ਦਾ ਮਤਲਬ ਸਤਿਗੁਰੂ ਅਸੀਂ ਤੇਰੇ ਹੁਕਮ ਨੂੰ ਮੰਨਦੇ ਆ ਸਾਡਾ ਸਿਰ ਤੇਰਾ ਸਿਰ ਹੋ ਗਿਆ ਅਸੀਂ ਤੇਰੇ ਹੋ ਗਏ ਆ ਸਿਰ ਝੁਕਾਉਣ ਦਾ ਆ ਮਤਲਬ ਸ਼ੀ ਵੀ ਸਤਿਗੁਰੂ ਅਸੀਂ ਤੇਰੇ ਹੋ ਗਏ ਆ ਤੇਰੇ ਹੁਕਮ ਨੂੰ ਮੰਨਾਂਗੇ ਪਰ ਜਿਹੜਾ ਬੰਦਾ ਇੱਥੇ ਵੀ ਆ ਕਰਕੇ ਸਿਰ ਝੁਕਾ ਜਾਏ ਦੇਹਧਾਰੀ ਦੇ ਕਦਮਾਂ ਦੇ ਵਿੱਚ ਵੀ ਸਿਰ ਝੁਕਾ ਜਾਏ ਭਾਈ ਗੁਰਦਾਸ ਕਹਿੰਦੇ ਆਪਣੇ ਆਪ ਨੂੰ ਕਲੰਕੀ ਪਿਆ ਕਰਦਾ ਏ ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ ਆਨ ਦੇਵ ਸੇਵਕ ਹੋਏ ਮੁਕਤ ਨਾ ਪਾਵੇ ਕਦੀ ਮੁਕਤੀ ਪ੍ਰਾਪਤ ਨਹੀਂ ਕਰ ਸਕੇਗਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਿਰਾਮਤ ਕਰਦੇ ਨੇ ਮੁਕਤੇ ਸੇਵੇ ਮੁਕਤਾ ਹੋਵੇ ਜੇਕਰ ਗੁਰੂ ਮੁਕਤ ਨੂੰ ਸੇਵੇਗਾ ਤਾਂ ਜੀਵਨ ਮੁਕਤ ਹੋਵੇਗਾ ਓ ਮਮਤਾ ਸ਼ਬਦ ਖੋਵੇ ਤੇ ਅਗਲਾ ਬਚਨ ਕੀਤਾ ਵਿਕਾਰਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਵਿਕਾਰ ਹੈ ਹੰਕਾਰ ਅਪਨ ਤਮਮਤਾ ਮੈਂ ਮੇਰੀ ਸਹਿਬ ਜੀ ਕਹਿੰਦੇ ਗੁਰੂ ਦੇ ਸ਼ਬਦ ਨਾਲ ਉਲ ਚਲੀ ਜਾਏਗੀ ਬਾਣੀ ਦੇ ਬਚਨ ਪੜ੍ਹਦੇ ਹਾਂ ਸਿੰਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਛ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਪਿੰਡਾਂ ਦੀ ਉਦਾਹਰਣ ਦਿੱਤੀ ਸਹਿਬ ਕਹਿੰਨ ਲੱਗੇ ਵੇਖਿਆ ਪੰਛੀਆਂ ਨੇ ਵੇਖਿਆ ਸਿੰਮਲ ਦਾ ਇੱਕ ਬਹੁਤ ਵੱਡਾ ਰੋਖੇ ਦੇਖਿਆ ਉਹਨਾਂ ਫਲ ਵੀ ਲੱਗੇ ਫੁੱਲ ਵੀ ਲੱਗੇ ਪੰਛੀ ਉਡਾਰੀ ਮਾਰ ਕੇ ਬੈਠੇ ਫਲਾਂ ਦੇ ਵਿੱਚ ਉਂਝ ਮਾਰ ਕੇ ਵੇਖੀ ਫਲ ਫਿੱਕੇ ਫੁੱਲ ਬਕਬਕੇ ਕਾਮਨਾਵੇਂ ਪਤ ਕੁਝ ਵੀ ਨਹੀਂ ਲੱਭਿਆ ਆਸ ਲੈ ਕਰਕੇ ਗਏ ਸਨ ਨਿਰਾਸ਼ ਹੋ ਕਰਕੇ ਆਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਿੰਬਲ ਬਹੁਤ ਵੱਡਾ ਏ ਬੜਾ ਉੱਚਾ ਏ ਬੜਾ ਛੋੜਾ ਏ ਪ੍ਰਾਪਤੀ ਕੁਝ ਵੀ ਨਹੀਂ ਹੋਈ ਤੇ ਅੰਤ ਵਿੱਚ ਜਿਹੜਾ ਤਤਸਾਰ ਜਿਹੜਾ ਸਿੱਟਾ ਕੱਢਿਆ ਸਿਮਲ ਰੁਖ ਸਰਾਇਰਾ ਅਤਿ ਦੀਰਘ ਆਤਮੁਛ ਉਹ ਇਹਦੇ ਆਵੇਂ ਆਸ਼ਕਰ ਜਾਹੀ ਨਿਰਾਸ਼ੇ ਕਿ ਤਫਲ ਫਿੱਕੇ ਫੁੱਲ ਬਕ ਬਕੇ ਕਾਮਨਾ ਆਵੇਂ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਹਿਬ ਜੀ ਕਹਿੰਦੇ ਜਿਹੜੀ ਮਠਾਸ ਸੋ ਨਿਮਰਤਾ ਦੇ ਵਿੱਚ ਸਾਰੀਆਂ ਚੰਗਿਆਈਆਂ ਦਾ ਤਤ ਨਿਮਰਤਾ ਏ ਤੇ ਜੀਵਨ ਦੇ ਵਿੱਚ ਨਿਮਰਤਾ ਹੋਣੀ ਬੜੀ ਜ਼ਰੂਰੀ ਏ ਵੇਖਿਆ ਜਾਏ ਸਾਡੇ ਸਰੀਰ ਦੀਆਂ 206 ਹੱਡੀਆਂ ਨੇ ਸਿਰ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਜੀਵ ਨੱਕ ਦੇ ਵਿੱਚ ਵੀ ਹੱਡੀ ਕੰਨ ਦੇ ਵਿੱਚ ਵੀ ਹੱਡੀਆਂ ਉਂਗਲਾਂ ਦੇ ਵਿੱਚ ਹੱਡੀਆਂ ਪੈਰ ਦੀਆਂ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਹੱਡੀਆਂ ਨੇ ਪਰ ਜਿਹੜੀ ਜੀਵ ਹੈ ਜਿਸ ਜੀਵ ਦੇ ਰਾਹੀਂ ਬੋਲਦੇ ਆ ਜਨ ਜਿਹਵਾ ਦਿੱਤੀ ਬੋਲੇ ਤਾਤ ਉਸ ਜੀਵ ਦੇ ਵਿੱਚ ਕੋਈ ਹੱਡੀ ਨਹੀਂ ਬੜੀ ਨਰਮ ਹੈ ਇੱਕ ਮੈਂ ਨਿੱਕੀ ਜੀ ਘਟਨਾ ਦਾ ਇੱਥੇ ਜ਼ਿਕਰ ਕਰਾਂ ਇੱਕ ਫਕੀਰ ਹੋਇਆ ਕਨਫਿਊਜ਼ਡ ਉਸਦੇ ਬੜੇ ਸ਼ਾਗਿਰਦ ਸਨ ਇਤਵਨੇ ਸਾਰੀ ਉਮਰ ਅਕਾਲਪੁਰਖ ਵਾਹਿਗੁਰੂ ਦੇ ਬਾਰੇ ਗਿਆਨ ਜਿਹੜਾ ਸੀ ਉਹ ਆਪਣੇ ਸ਼ਗਿਰਦਾਂ ਦੇ ਵਿੱਚ ਵੰਡਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਉਮਰ ਆਯੂ ਮੇਰੀ ਆਰਦਾ ਥੋੜੀ ਰਹਿ ਗਈ ਏ ਮੈਂ ਕੁਝ ਕੁ ਦਿਨਾਂ ਦਾ ਮਹਿਮਾਨ ਰਹਿ ਗਿਆ ਮੇਰਾ ਸਰੀਰ ਮੈਨੂੰ ਜਵਾਬ ਦੇ ਰਿਹਾ ਇੱਕ ਦਿਨ ਸਾਰੇ ਸ਼ਗਿਰਦਾਂ ਦੀ ਚੇਲਿਆਂ ਦੀ ਉਹਨੇ ਸਭਾ ਬੁਲਾਈ ਤੇ ਸਭਾ ਬੁਲਾ ਕਰਕੇ ਕਹਿਣ ਲੱਗਾ ਵੀ ਜਪਦਾ ਮੈਂ ਕੁਝ ਕੁ ਦੁਨੀਆ ਦੇ ਉੱਤੇ ਮਹਿਮਾਨ ਆ ਕੁਝ ਕੁ ਦਿਨਾਂ ਦਾ ਮਹਿਮਾਨ ਆ ਮੈ ਸਾਰੀ ਉਮਰ ਤੁਹਾਨੂੰ ਰੱਬੀ ਗਿਆਨ ਬਖਸ਼ਿਆ ਰੱਬ ਦੇ ਘਰ ਤੋਂ ਸਦਾ ਆਇਆ ਮੈਂ ਚਲੇ ਜਾਣਾ ਤੇ ਮੈਂ ਚਾਹੁੰਦਾ ਵਾਂ ਮਰਦਾ ਮਰਦਾ ਵੀ ਤੁਹਾਨੂੰ ਕੁਝ ਨਾ ਕੁਝ ਤੁਹਾਡੀ ਝੋਲੀ ਦੇ ਵਿੱਚ ਜ਼ਰੂਰ ਪਾਵਾਂ ਸ਼ਗਿਰਦ ਬੜੇ ਮਾਯੂਸ ਹੋਏ ਸਾਡਾ ਉਸਤਾਦ ਜਾ ਰਿਹਾ ਸਾਨੂੰ ਛੱਡ ਕੇ ਬੜੇ ਮਾਯੂਸ ਹੋਏ ਨੇ ਤੇ ਉਹ ਸਮਾਂ ਆਇਆ ਕੁਝ ਕੁ ਦਿਨਾਂ ਦੇ ਬਾਅਦ ਉਹਨੇ ਸਾਰੇ ਸ਼ਗਿਰਦ ਇਕੱਠੇ ਕੀਤੇ ਨੇ ਸਾਰੇ ਸ਼ਗਿਰਦਾਂ ਨੂੰ ਆਇਆ ਆਪ ਮੰਜੀ ਤੇ ਬਹਿ ਕਰਕੇ ਕਹਿਣ ਲੱਗਾ ਵੀ ਮੈਂ ਮੰਜੀ ਤੇ ਹੁਣ ਲੰਮਾ ਪਾਵਾਂਗਾ ਸਾਰਿਆਂ ਦੀ ਇੱਕ ਲੰਮੀ ਕਤਾਰ ਬਣਣੀ ਏ ਕਤਾਰ ਬਣ ਕੇ ਵਾਰੋ-ਵਾਰੀ ਇੱਕ ਜਨਾ ਆਏਗਾ ਮੇਰੇ ਮੂੰਹ ਦੇ ਵਿੱਚ ਵੇਖੇਗਾ ਮੈਂ ਆਪ ਦਾ ਮੂੰਹ ਖੋਲ ਕੇ ਪਾਵਾਂਗਾ ਮੇਰੇ ਮੂੰਹ ਦੇ ਵਿੱਚ ਵੇਖੇਗਾ ਤੇ ਦੂਸਰੇ ਬੰਨੇ ਜਾ ਕਰਕੇ ਖੜੋ ਹੋ ਜਾਏਗਾ ਸਾਰੇ ਆਇਓ ਵਾਰੀ-ਵਾਰੀ ਆਇਓ ਉਹਦੇ ਸ਼ਗਿਰਦ ਕਹਿੰਦੇ ਜੀ ਠੀਕ ਆਪ ਉਹ ਜਿਹੜਾ ਫਕੀਰ ਸੀ ਕਨਫਿਊਜ਼ ਉਹ ਪਿਆ ਮੰਜੀ ਦੇ ਉੱਤੇ ਲੰਮਾ ਤੇ ਜਿਤਨੇ ਵੀ ਛੇਲੇ ਸਨ ਸ਼ਗਿਰਦ ਉਹਨਾਂ ਨੇ ਇਕ ਤਾਰ ਬੰਨੀ ਏ ਪਹਿਲਾ ਸ਼ਗਿਰਦ ਆਇਆ ਉਹਨੇ ਮੂੰਹ ਦੇ ਵਿੱਚ ਵੇਖਿਆ ਦੂਸਰੀ ਸਾਈਡ ਹੋ ਗਿਆ ਦੂਸਰਾ ਆਇਆ ਉਹਨੇ ਵੇਖਿਆ ਤੇ ਦੂਸਰੀ ਸਾਈਡ ਹੋ ਗਿਆ ਤੀਸਰਾ ਆਇਆ ਉਹਨੇ ਵੇਖਿਆ ਉਹ ਵੀ ਦੂਸਰੀ ਸਾਈਡ ਹੋ ਗਿਆ ਚੌਥਾ ਆਇਆ ਪੰਜਵਾਂ ਆਇਆ ਸਾਰਿਆਂ ਨੇ ਫਕੀਰ ਦਾ ਮੂੰਹ ਵੇਖਿਆ ਫਕੀਰ ਮੰਜੀ ਦੇ ਉੱਤੇ ਲੰਮਾ ਪਿਆਪ ਦਾ ਮੂੰਹ ਅੱਡ ਕੇ ਮੂੰਹ ਖੋਲ ਕੇ ਜਦੋਂ ਸਾਰਿਆਂ ਨੇ ਮੂੰਹ ਵੇਖਿਆ ਤੇ ਫਕੀਰ ਕਹਿੰਦਾ ਵੀ ਕੋਈ ਰਾਇਤ ਨਹੀਂ ਗਿਆ ਸ਼ਿਗird ਕਹਿੰਦੇ ਜੀ ਕੋਈ ਨਹੀਂ ਰਹਿ ਗਿਆ ਆਪ ਮੰਜੀ ਤੇ ਬੈਠਾ ਸਾਰੇ ਸ਼ਿਗirdਾਂ ਨੂੰ ਥੱਲੇ ਭਾਇਆ ਕਹਿ ਲੰਗਾ ਸਭ ਤੋਂ ਪਹਿਲਾਂ ਉਹ ਦੱਸੇ ਜਿੰਨਾ ਮੇਰਾ ਮੂੰਹ ਸਭ ਤੋਂ ਪਹਿਲੀ ਵਾਰੀ ਵੇਖਿਆ ਸ਼ਿਗird ਨੇ ਹੱਥ ਕੜਾ ਕੀਤਾ ਜੀ ਮੈਂ ਵੇਖਿਆ ਕਹਿ ਲੰਗਾ ਖੜਾ ਹੋ ਕਰਕੇ ਦੱਸ ਮੇਰੇ ਮੂੰਹ ਦੇ ਵਿੱਚ ਤੂੰ ਕੀ ਵੇਖਿਆ ਏ ਸ਼ਿਗird ਕਹਿ ਲੰਗਾ ਜੀ ਸੋਚਦਾ ਸੀ ਵੀ ਤੁਹਾਡੇ ਮੂੰਹ ਦੇ ਵਿੱਚ ਕੋਈ ਖਾਣ ਵਾਲੀ ਚੀਜ਼ ਹੋਏਗੀ ਤੁਸੀਂ ਮੂੰਹ ਦੇ ਵਿੱਚ ਕੋਈ ਖਾਣ ਵਾਲੀ ਚੀਜ਼ ਪਾ ਕਰਕੇ ਲੰਮੇ ਪਾਓਗੇ ਪਰ ਮੈਂ ਵੇਖਿਆ ਤੁਹਾਡੇ ਮੂੰਹ ਦੇ ਵਿੱਚ ਖਾਣ ਵਾਲੀ ਚੀਜ਼ ਕੋਈ ਨਹੀਂ ਸੀ ਕਹਿੰਦਾ ਹੋਰ ਕੁਝ ਕਹਿੰਦਾ ਮੈਂ ਵੇਖਿਆ ਤੁਹਾਡੇ ਮੂੰਹ ਦੇ ਵਿੱਚ ਕੇਵਲ ਤਾਂ ਕੇਵਲ ਜੀਵ ਸੀ ਮੂੰਹ ਦਾ ਮਾਸ ਸੀ ਇਸ ਤੋਂ ਇਲਾਵਾ ਮੈਨੂੰ ਕੁਝ ਨਜ਼ਰ ਨਹੀਂ ਆਇਆ ਦੂਸਰੇ ਤੋਂ ਪੁੱਛਿਆ ਦੂਸਰੇ ਦਾ ਇਹੀ ਜਵਾਬ ਤੀਸਰੇ ਤੋਂ ਪੁੱਛਿਆ ਚੌਥੇ ਤੋਂ ਪੁੱਛਿਆ ਪੰਜਵੇਂ ਤੋਂ ਪੁੱਛਿਆ ਸਾਰਿਆਂ ਦਾ ਇਹੀ ਜਵਾਬ ਸਾਰਿਆਂ ਨੂੰ ਕਹਿ ਲਗਾ ਬਹਿ ਜਾਓ ਤੇ ਧਿਆਨ ਦੇ ਨਾਲ ਮੇਰੀ ਗੱਲ ਸੁਣੋ ਤੁਸੀਂ ਮੇਰੇ ਮੂੰਹ ਨੂੰ ਵੇਖਿਆ ਮੇਰੇ ਮੂੰਹ ਦਾ ਮਾਸ ਵੇਖਿਆ ਜੀਭ ਵੇਖੀ ਦੰਦ ਨਹੀਂ ਵੇਖੇ ਸ਼ਿਗird ਕਹਿਣ ਲੱਗਾ ਤੁਹਾਡੀ ਉਮਰ ਲਗਭਗ ਬਹੁਤ ਹੋ ਚੁੱਕੀ 90 ਤੋਂ ਪਾਰ ਕਰ ਚੁੱਕੀ ਏ ਤੇ ਬਹੁਤਿਆਂ ਦੇ ਇਸ ਉਮਰ ਦੇ ਵਿੱਚ ਦੰਦ ਨਹੀਂ ਹੁੰਦੇ ਤੇ ਸਬਬ ਦੇ ਨਾਲ ਤੁਹਾਡੇ ਮੂੰਹ ਦੇ ਵਿੱਚ ਇੱਕ ਵੀ ਦੰਦ ਨਹੀਂ ਸੀ ਇੱਕ ਵੀ ਦੰਦ ਨਹੀਂ ਸੀ ਫਕੀਰ ਕਹਿਣ ਲੱਗਾ ਜਿਹੜਾ ਅਗਲਾ ਮੈਂ ਤੁਹਾਨੂੰ ਗੁਰ ਨੁਕਤਾ ਦੱਸਣ ਲੱਗਾ ਜ਼ਿੰਦਗੀ ਦਾ ਇੱਕ ਮਹਾਨ ਨੁਕਤਾ ਧਿਆਨ ਦੇ ਨਾਲ ਸੁਣਿਆ ਜੇ ਤੁਸੀਂ ਵੇਖਿਆ ਮੇਰੇ ਮੂੰਹ ਦੇ ਵਿੱਚ ਕੱਲੀ ਜੀਬ ਹੈ ਮਾਸੇ ਦੰਦ ਨਹੀਂ ਤੇ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਜੇਕਰ ਤੁਸੀਂ ਦੰਦਾਂ ਦੀ ਤਰ੍ਹਾਂ ਸਖਤ ਰਹੇ ਬੜੀ ਛੇਤੀ ਧਰਮ ਦੇ ਰਸਤੇ ਤੋਂ ਟੁੱਟ ਕੇ ਡਿੱਗ ਜਾਓਗੇ ਤੇ ਜੇਕਰ ਤੁਸੀਂ ਜੀਬ ਦੀ ਤਰ੍ਹਾਂ ਨਰਮ ਰਹੇ ساری ਉਮਰ ਧਰਮ ਦੇ ਮਾਰਗ ਉੱਤੇ ਤੁਰਦੇ ਰਹੋਗੇ ਕਿਨ ਕਾ ਦੰਦ ਬਾਅਦ ਵਿੱਚ ਆਏ ਪਹਿਲਾਂ ਚਲੇ ਗਏ ਨੇ ਜੀਬ ਨਾਲ ਹੀ ਆਈ ਸੀ ਤਨ ਦੇ ਤੇ ਨਾਲ ਹੀ ਸੜੇਗੀ ਨਾਲ ਹੀ ਜਾਏਗੇ ਜੇਕਰ ਦੰਦਾਂ ਦੀ ਤਰ੍ਹਾਂ ਸਖਤਰੇ ਬੜੀ ਛੇਤੀ ਧਰਮ ਦੇ ਮਾਰਗ ਤੋਂ ਰੱਬ ਦੇ ਮਾਰਗ ਤੋਂ ਗਿਰ ਕੇ ਟੁੱਟ ਜਾਓਗੇ ਟੁੱਟ ਕੇ ਗਿਰੋਗੇ ਤੇ ਜੇਕਰ ਜੀਬ ਦੀ ਤਰ੍ਹਾਂ ਤੁਸੀਂ ਨਰਮ ਰਹੇ ਹਮੇਸ਼ਾ ਕਾਇਮ ਰਹੋਗੇ ਮਰਨ ਤੋਂ ਬਾਅਦ ਵੀ ਦੁਨੀਆ ਦੇ ਲੋਕ ਤੁਹਾਨੂੰ ਯਾਦ ਕਰਨਗੇ ਉਹਦੇ ਕਹਿਣ ਦਾ ਭਾਵ ਸੀ ਵੀ ਨਿਮਰਤਾ ਰੱਖੋ ਜੀਵਨ ਦੇ ਵਿੱਚ ਨਿਮਰਤਾ ਇੱਕ ਬਹੁਤ ਵੱਡੀ ਬਹੁਤ ਹੀ ਵੱਡਾ ਰੱਬੀ ਗੁਣ ਹੈ ਸਹਿਬ ਜੀ ਤੇ ਇਥੋਂ ਤੱਕ ਕਹਿੰਦੇ ਨੇ ਲੋਕ ਅਬਗੁਣਾ ਕੀ ਬੰਨੇ ਗੰਠੜੀ ਗੁਨਾ ਵਿਹਾਜੈ ਕੋਏ ਸਹਿਬ ਜੀ ਕਹਿੰਦੇ ਲੋਕ ਪੰਡਾ ਬੰਨੀ ਫਿਰਦੇ ਨੇ ਉਹ ਗੁਨਾ ਦੀਆਂ ਕਿਸੇ ਦੀ ਪੰਡ ਵੱਡੀ ਏ ਕਿਸੇ ਦੀ ਛੋਟੀ ਏ ਕੋ ਨਿੰਦਿਆ ਚੁਗਲੀ ਘਟ ਕਰਦਾ ਕੋ ਬਹੁਤੀ ਕਰਦਾ ਏ ਕੋ ਨਿੰਦਿਆ ਚੁਗਲੀ ਘਟ ਸੁਣਦਾ ਕੋ ਬਹੁਤੀ ਸੁਣਦਾ ਕੋਈ ਨਿੰਦਿਆ ਚੁਗਲੀ ਦੇ ਨਾਲ ਬੇਈਮਾਨੀ ਵੀ ਕਰਦਾ ਠੱਗੀ ਵੀ ਕਰਦਾ ਏ ਕਈਆਂ ਦੇ ਕੋਲ ਓਗਣਾ ਦੀ ਵੱਡੀ ਪਾਂਡੇ ਤੇ ਕਈਆਂ ਕੋਲ ਛੋਟੀ ਏ ਸਹਿਬ ਜੀ ਕਹਿੰਦੇ ਲੋਕ ਅਵਗੁਨਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਣਾ ਦਾ ਗਾਹ ਕੇਵਲ ਤਾਂ ਕੇਵਲ ਕੋ ਵਿਰਲਾ ਇਨਸਾਨ ਹੋਇਆ ਕਰਦਾ ਏ ਸਹਿਬ ਜੀ ਇੱਥੇ ਮਹਿਰਾਮਤ ਪਏ ਕਰਦੇ ਨੇ ਵੀ ਜਿਹੜਾ ਇੱਕ ਹੰਕਾਰ ਬਹੁਤ ਵੱਡਾ ਓਗਣ ਏ ਵਕਾਰ ਓ ਦੂਰ ਹੋਏਗਾ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਉਹ ਦੂਰ ਹੋ ਸਕਦਾ ਹੈ ਹੋਮੈ ਮਮਤਾ ਸ਼ਬਦੇ ਖੋਵੇ ਵਿਖਿਆ ਜਾਏ ਜਿਹੜੀ ਚੀਜ਼ ਜਿਸ ਮਟੀਰੀਅਲ ਦੇ ਨਾਲ ਤਿਆਰ ਹੋਏ ਤੇ ਜੇਕਰ ਮੁਰੰਮਤ ਕਰਨੀ ਉਸੇ ਚੀਜ਼ ਦੀ ਵਰਤ ਹੋਏਗੀ ਇੱਕ ਮਿੱਟੀ ਦੀ ਕੰਧੇ ਜੇਕਰ ਉਹਦੀ ਮੁਰੰਮਤ ਕਰਨੀ ਹੈ ਤੇ ਬੰਦਾ ਆਖੇ ਮੈਂ ਇੱਥੇ ਸੀਮੈਂਟ ਲਾ ਦੇਵਾਂ ਇੱਟਾਂ ਲਾ ਦੇਵਾਂ ਗੱਲ ਨਹੀਂ ਬਣੇਗੀ ਮਿੱਟੀ ਦੀ ਕੰਧ ਦੀ ਮੁਰੰਮਤ ਮਿੱਟੀ ਨਾਲ ਹੋਏਗੀ ਜੇਕਰ ਇੱਟਾਂ ਦੀ ਕੰਧ ਦੇ ਸੀਮੈਂਟ ਦੀ ਕੰਧ ਦੇ ਉਹਦੀ ਮੁਰੰਮਤ ਕਰਨੀ ਉਹ ਇੱਟਾਂ ਦੇ ਨਾਲ ਹੋਏਗੀ ਸੀਮਟ ਨਾਲ ਹੋਏਗੀ ਤੇ ਬੰਦਾ ਅਖੇ ਜੀ ਮਿੱਟੀ ਨਾਲ ਕਰ ਦੇਵਾਂ ਮਿੱਟੀ ਨਾਲ ਨਹੀਂ ਹੋਏਗੀ ਇੱਕ ਸੋਨੇ ਦਾ ਗਹਿਣਾ ਜੇਕਰ ਟੁੱਟ ਗਿਆ ਤੇ ਜੇਕਰ ਬੰਦਾ ਅਖੇ ਮੈਂ ਇੱਥੇ ਤਾਂਬੇ ਦਾ ਟਾਂਕਾ ਲਾ ਦਵਾਂ ਮੈਂ ਹੋਰ ਕਿਸੇ ਧਾਤ ਦਾ ਟਾਂਕਾ ਲਾ ਦਵਾਂ ਨਹੀਂ ਸੋਨੇ ਦੀ ਸੋਨੇ ਦੇ ਗਹਿਣੇ ਨੂੰ ਸੋਨੇ ਦਾ ਹੀ ਟਾਂਕਾ ਲੱਗੇਗਾ ਉਹਨੂੰ ਤਾਂਬੇ ਦਾ ਨਹੀਂ ਲੱਗ ਸਕਦਾ ਚਾਂਦੀ ਦਾ ਨਹੀਂ ਲੱਗ ਸਕਦਾ ਇਸੇ ਹੀ ਤਰ੍ਹਾਂ ਆ ਸੰਸਾਰ ਆ ਦੁਨੀਆ ਰੱਬ ਦੇ ਸ਼ਬਦਾਂ ਨਾਲ ਬਣੀ ਐ ਕੀਤਾ ਪਸਾਓ ਏਕੋ ਕੋਹਾਓ ਰੱਬ ਦੇ ਬੋਲਾਂ ਦੇ ਨਾਲ ਬਣੀ ਤੇ ਜੇਕਰ ਦੁਨੀਆ ਦੇ ਵਿੱਚ ਅਡ ਸੁਧਾਰ ਲਿਆਣਾ ਕੋ ਚਾਹੁੰਦਾ ਏ ਉਹ ਰੱਬ ਦੇ ਬੋਲਾਂ ਦੇ ਨਾਲ ਹੀ ਦੁਨੀਆ ਦੇ ਵਿੱਚ ਸੁਧਾਰ ਹੋਏਗਾ ਤੇ ਰੱਬ ਦੇ ਬੋਲ ਕਿਹੜੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬ ਦੇ ਬੋਲ ਨੇ ਰੱਬ ਦੇ ਬੋਲਾਂ ਦੇ ਨਾਲ ਦੁਨੀਆ ਬਣੀ ਤੇ ਜੇਕਰ ਅੱਜ ਆਪਾਂ ਚਾਹੀਏ ਵੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਹੋ ਜਾਏ ਤੇ ਸ਼ਾਂਤੀ ਕੇਵ ਰੱਬ ਦੇ ਬੋਲਾਂ ਦੇ ਨਾਲ ਹੋਏਗੀ ਆ ਰੱਬ ਦੇ ਬੋਲ ਨੇ ਸਬ ਜੀ ਕਹਿ ਰਹੇ ਨੇ ਸ਼ਬਦ ਇੱਕ ਹੋਵੇ ਗੁਰੂ ਦੇ ਸ਼ਬਦ ਨਾਲ ਹੀ ਹੰਕਾਰ ਜਾਏਗਾ ਤੇ ਜੀਵਨ ਦੇ ਵਿੱਚ ਨਿਮਰਤਾ ਆਏਗੀ ਅਨੰਦ ਹਰ ਜਿਓ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਨ ਆ ਅਗਲਾ ਬਚਨ ਕੀਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਿਰਾਮਤ ਕਰਦੀਨ ਮੈਂ ਰੋਜ ਉਸ ਸੱਚੇ ਮਾਲਕ ਨੂੰ ਸੇਵਦਾ ਵਾਂ ਸੱਚੇ ਮਾਲਕ ਦਾ ਸਿਮਰਨ ਕਰਦਾ ਵਾਂ ਪੂਰੇ ਭਾਗ ਗੁਰ ਪਾਵਨ ਆ ਤੇ ਪੂਰੇ ਭਾਗਾਂ ਦੇ ਨਾਲ ਗੁਰੂ ਮਿਲਦਾ ਏ ਹੁਣ ਗੱਲ ਆ ਗਈ ਮੈਂ ਹਰ ਹਰ ਵੇਲੇ ਹਰ ਅਨ ਦਿਨ ਹਰ ਜਿਉ ਸੱਚਾ ਸੇਵੀ ਰੋਜ ਸੱਚੇ ਮਾਲਕ ਨੂੰ ਸਿਮਰਦਾ ਵਾਂ दिन राती आरादो प्यारे निमख ना कीजे ठीला जन्म साखी एक दे, दे, दे दिया दिया के एक निक्की दी घटना भाई मर्दाना जी ने एक वारी गुरु नानक पादशाह जी तू पुछ्या ਸੀ ਸਤਿਗੁਰੂ ਦੁਨੀਆਂ ਦੇ ਲੋਕ ਤੁਹਾਡੇ ਕੋਲ ਆਂਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀ ਸੰਸਾਰੀ ਭੁੱਖ ਹੁੰਦੀ ਏ ਉਹਨਾਂ ਨੂੰ ਕਈ ਤਰ੍ਹਾਂ ਦੇ ਦੁੱਖ ਹੁੰਦੇ ਨੇ ਮਨ ਦੀਆਂ ਭੁੱਖਾਂ ਹੁੰਦੀਆਂ ਦਾਤਾ ਮੈਂ ਪੁੱਛਣਾ ਚਾਹੁੰਦਾ ਵਾ ਅੱਜ ਤੱਕ ਤੁਹਾਨੂੰ ਵੀ ਕਿਸੇ ਚੀਜ਼ ਦੀ ਭੁੱਖ ਲੱਗੀ ਸਹਿਬ ਕਹਿੰਗੇ ਹਾਂ ਭਾਈ ਮਰਦਾਨਿਆ ਮੈਨੂੰ ਵੀ ਇੱਕ ਚੀਜ਼ ਦੀ ਪੁੱਖੇ ਭਾਈ ਮਰਦਾਨਾ ਹੈਰਾਨ ਹੋ ਕੇ ਕਹਿਣ ਲੱਗਾ ਦਾਤਾ ਤੁਹਾਨੂੰ ਕਿਹੜੀ ਚੀਜ਼ ਦੀ ਭੁੱਖ ਹੈ ਤੁਸੀਂ ਨਿਰੰਕਾਰ ਦਾ ਰੂਪ ਤੇ ਸਹਿਬ ਨੇ ਆਖਿਆ ਸੀ ਸੱਚੇ ਨਾਮ ਕੀ ਲੱਗੈ ਭੁੱਖ ਮੈਨੂੰ ਰੱਬ ਦੇ ਨਾਮ ਦੀ ਭੁੱਖ ਹੈ ਤੇ ਨਾਲ ਹੀ ਭਾਈ ਮਰਦਾਨਾ ਜੀ ਨੇ ਦੂਸਰਾ ਪ੍ਰਸ਼ਨ ਕਰ ਦਿੱਤਾ ਸਤਿਗੁਰੂ ਮੈਂ ਵੇਖਦਾ ਵਾਂ ਤੁਹਾਡੀ ਲਿਬ ਹਰ ਵਕਤ ਮਾਲਕ ਨਾਲ ਜੁੜੀ ਰਹਿੰਦੀ ਏ ਤੁਹਾਡੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹਿੰਦੀ ਏ ਨਾਮ ਦੀ ਭੁੱਖ ਪੂਰੀ ਨਹੀਂ ਹੋਈ ਸਹਿਬ ਨੇ ਉੱਥੇ ਸ਼ਬਦ ਉਚਾਰਿਆ ਹਜ਼ੂਰ ਕਹਿੰਦੇ ਆ ਜਿਹੜੀ ਭੁੱਖ ਕਦੀ ਪੂਰੀ ਨਹੀਂ ਹੋ ਸਕਦੀ ਉਥੇ ਸ਼ਬਦ ਉਚਾਰਿਆ ਜੋ ਮਾਜਕੀ ਵਾਰ ਦੇ ਵਿੱਚ ਦਰਜ ਹੈ ਸਹਿਬ ਕਹਿੰਦੇ ਜਿਸ ਤਰ੍ਹਾਂ ਮਾਰੂਥਲ ਦੇ ਵਿੱਚ ਜਿਤਨਾ ਮਰਜੀ ਬੱਦਲ ਪੈ ਜਾਏ ਮਾਰੂਥਲ ਕਦੀ ਤ੍ਰਿਪਤ ਨਹੀਂ ਹੁੰਦਾ ਇੱਕ ਬਾਦਸ਼ਾਹ ਨੂੰ ਜਿਤਨਾ ਮਰਜੀ ਰਾਜ ਭਾਗ ਮਿਲ ਜਾਏ ਉਹ ਕਦੀ ਤ੍ਰਿਪਤ ਨਹੀਂ ਹੁੰਦਾ ਸਹਿਬ ਜੀ ਕਹਿੰਦੇ ਜਿਸ ਤਰ੍ਹਾਂ ਬਲਦੀ ਹੋਏ ਅਗ ਦੇ ਉੱਤੇ ਜਿਤਨੀ ਮਰਜੀ ਲੱਕੜ ਪਾ ਦਿੱਤੀ ਜਾਏ ਆਗ ਕਦੀ ਤ੍ਰਿਪਤ ਨਹੀਂ ਹੁੰਦੀ ਇਸੇ ਹੀ ਤਰ੍ਹਾਂ ਜਿਤਨਾ ਮਰਜੀ ਨਾਮ ਜਪਣ ਵਾਸਤੇ ਮਿਲ ਜਾਏਗਾ ਮੈਂ ਕਦੀ ਤ੍ਰਿਪਤ ਨਹੀਂ ਹੋਵਾਂਗਾ ਸਹਿਬ ਦੇ ਬਚਨ ਪੜ੍ਹਦੇ ਹਾਂ ਮਾਰੂ ਮਿਹਨਾ ਤ੍ਰਿਪਤਿਆ ਅਗੀ ਲਹਿਨਾ ਭੁਖ ਰਾਜਾ ਰਾਜਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਕ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਸਹਿਬ ਕਹਿੰਦੇ ਨਾਮ ਦੀ ਗੱਲ ਪੁੱਛਦਾ ਨਾਮ ਦੀ ਭੁਖ ਪੂਰੀ ਨਹੀਂ ਹੋ ਸਕਦੀ ਇਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਿਰਾਮਤ ਪਏ ਕਰਦੇ ਨੇ ਅਨੰਦਨ ਹਰ ਜੀ ਉਹ ਸੱਚਾ ਸੇਵੀ ਮੈ ਰੋਜ ਉਸ ਸੱਚੇ ਮਾਲਕ ਦਾ ਸਿਮਰਨ ਕਰਦਾ ਵਾਂ ਪੂਰੇ ਭਾਗ ਗੁਰ ਪਾਵਨੀਆਂ ਤੇ ਜਿਹੜਾ ਗੁਰੂ ਹੈ ਉਹ ਪੂਰੇ ਭਾਗਾ ਨਾਲ ਮਿਲਦਾ ਹੈ ਆਪੇ ਬਖਸ਼ੇ ਮੇਲ ਮਿਲਾਏ ਅਗਲਾ ਬਚਨ ਕੀਤਾ ਅਕਾਲ ਪੁਰਖ ਵਾਹਿਗੁਰੂ ਆਪੇ ਬਖਸ਼ਿਸ਼ ਕਰਕੇ ਆਪਣੇ ਨਾਲ ਮਲਾਉਂਦਾ ਹੈ ਪੂਰੇ ਗੁਰ ਤੇ ਨਾਮ ਨਿਧ ਪਾਏ ਤੇ ਪੂਰੇ ਗੁਰੂ ਤੋਂ ਨਾਮ ਦਾ ਖਜ਼ਾਨਾ ਮਿਲਦਾ ਏ ਬਚਨ ਪੜਦੇ ਹਾਂ ਸਤਿਗੁਰੂ ਸਿੱਖ ਕੋ ਨਾਮ ਧਨ ਦੇਹ ਗੁਰ ਕਾ ਸਿਖ ਵਡ ਭਾਗੀ ਹੈ ਦੋ ਸ਼ਬਦ ਨੇ ਇੱਕ ਹੈ ਧਨ ਇੱਕ ਹੈ ਧਰਮ ਸੰਸਾਰੀ ਜੀਵਨ ਜੀਣਾ ਤੇ ਧਨ ਦੀ ਲੋੜ ਏ ਧਾਰਮਿਕ ਜੀਵਨ ਜੀਣਾ ਤੇ ਧਰਮ ਦੀ ਲੋੜ ਏ ਵੇਖਿਆ ਜਾਏ ਧਨ ਵਾਸਤੇ ਵੀ ਮਿਹਨਤ ਦੀ ਲੋੜ ਏ ਧਰਮ ਵਾਸਤੇ ਵੀ ਮਸ਼ਕੱਤ ਦੀ ਲੋੜ ਏ ਬਿਨਾ ਮਿਹਨਤੋਂ ਮਿਰਾ ਮਸ਼ਕੱਤੋਂ ਨਾ ਧਨ ਕਮਾਇਆ ਜਾ ਸਕਦਾ ਬਿਨਾ ਮਸ਼ਕੱਤੋਂ ਨਾ ਧਰਮ ਕਮਾਇਆ ਜਾ ਸਕਦਾ ਹੈ ਵੇਖਿਆ ਜਾਏ ਅੱਜ ਧਰਮੀ ਬੰਦਿਆਂ ਦੀ ਦੁਨੀਆ ਦੇ ਵਿੱਚ ਗਿਣਤੀ ਬੜੀ ਘਟੇ ਕਾਰਨ ਕੀ ਏ ਵਿਧਾਰਮਿਕ ਲੋਕਾਂ ਦੀ ਦੁਨੀਆ ਦੇ ਵਿੱਚ ਗਿਣਤੀ ਬੜੀ ਘਟੇ ਤੇ ਦਾਸ ਇੱਥੇ ਇੱਕ ਨਿੱਕੀ ਜੀ ਅਰਜ਼ ਕਰਦਾ ਹੁੰਦਾ ਰੱਬ ਨੇ ਦੁਨੀਆ ਦੇ ਵਿੱਚ ਜਿਹੜੀ ਵੀ ਕੀਮਤੀ ਚੀਜ਼ ਬਣਾਈ ਉਹਦੀ ਜਿਹੜੀ ਮਾਤਰਾ ਬਹੁਤ ਘੱਟ ਹੀਰਾ ਬੜਾ ਕੀਮਤੀ ਕੀ ਹਰੇਕ ਬੰਦੇ ਕੋਲ ਹੀਰਾ ਨਹੀਂ ਹਰੇਕ ਬੰਦੇ ਦੇ ਕੋਲ ਹੀਰਾ ਨਹੀਂ ਸੋਨਾ ਬੜਾ ਕੀਮਤੀ ਕਿ ਹਰੇਕ ਬੰਦੇ ਦੇ ਕੋਲ ਸੋਨਾ ਨਹੀਂ ਸੋਨਾ ਵੀ ਹਰੇਕ ਬੰਦੇ ਕੋਲ ਨਹੀਂ ਰਤਨ ਜਵਾਹਰ ਬੜੇ ਕੀਮਤੀ ਨੇ ਪਰ ਹਰੇਕ ਬੰਦੇ ਕੋਲ ਰਤਨ ਜਵਾਹਰ ਨਹੀਂ ਕਿਉਂ ਆ ਕੀਮਤੀ ਚੀਜ਼ਾਂ ਨੇ ਤੇ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹ ਹਰੇਕ ਬੰਦੇ ਕੋਲ ਪਾਸ ਨਹੀਂ ਹੋਇਆ ਕਰਦੀਆਂ ਧਰਮ ਰੱਬ ਦੀ ਇੱਕ ਬਹੁਤ ਵੱਡੀ ਕੀਮਤੀ ਦਾਤ ਹੈ ਸ਼ੇ ਕਰਕੇ ਧਰਮ ਹੀ ਹਰੇਕ ਪਾਸ ਵਿਖਨ ਨੂੰ ਨਹੀਂ ਮਿਲਦਾ ਹਰੇਕ ਬੰਦਾ ਇਸ ਕਰਕੇ ਧਰਮ ਹੀ ਨਹੀਂ ਧਨ ਪਿਓ ਦਾ ਮਿਲ ਸਕਦਾ ਏ ਦਾਦੇ ਦਾ ਮਿਲ ਸਕਦਾ ਪਰਦਾਦੇ ਦਾ ਮਿਲ ਸਕਦਾ ਏ ਪਰ ਧਰਮ ਕਦੀ ਵੀ ਦਾਦੇ ਪਰਦਾਦੇ ਦਾ ਨਹੀਂ ਮਿਲਦਾ ਹੁੰਦਾ ਧਰਮ ਦੀ ਸਿੱਖਿਆ ਤੇ ਜ਼ਰੂਰ ਮਿਲ ਸਕਦੀ ਏ ਧਰਮ ਦੀ ਸਿੱਖਿਆ ਤੇ ਮਿਲ ਸਕਦੀ ਪਰ ਜੇਕਰ ਬੰਦਾ ਅਖੇ ਜਿਸ ਤਰ੍ਹਾਂ ਧਨ ਮੇਰੇ ਪਿਓ ਨੇ ਮੇਰੀ ਝੋਲੀ ਦੇ ਵਿੱਚ ਪਾ ਦਿੱਤਾ ਮੈਨੂੰ ਖਰਚਣਾ ਪਿਆ ਵਾ ਤੇ ਇਸੇ ਤਰ੍ਹਾਂ ਉਹ ਆਪ ਦਾ ਕਮਾਇਆ ਹੋਇਆ ਧਰਮ ਮੈਨੂੰ ਦੇ ਦੇਵੇ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਵੇਖਿਆ ਜਾਏ ਬੰਦਾ ਧਨ ਦੀ ਖਾਤਰ ਧਰਮ ਨੂੰ ਵਾਰ ਦਿੰਦਾ ਏ ਇਨੋਂ ਧਨ ਦੀ ਚਿੰਤਾ ਇਹ ਧਰਮ ਦੀ ਕੋਈ ਚਿੰਤਾ ਨਹੀਂ ਅਜ ਦੇਖਦੇ ਹਾਂ ਪੰਜਾਬ ਦੇ ਵਲ ਜਦੋਂ ਪਤਾ ਲੱਗਦਾ ਵੀ ਕੁਝ ਕੁ ਸਿੱਖ ਸਿੱਖੀ ਨੂੰ ਛੱਡ ਕੇ ਪੈਸੇ ਦੇ ਖਾਤਰ ਈਸਾਈ ਬਣ ਗਏ ਨੇ ਆਪਾਂ ਖਬਰਾਂ ਪੜ੍ਹਦਿਆਂ ਅਖਬਾਰਾਂ ਦੇ ਵਿੱਚ ਟੈਲੀ ਦੇ ਵਿੱਚ ਸੁਣਦੇ ਹਾਂ ਵੀ ਉਹਨਾਂ ਨੇ ਉਹਨਾਂ ਨੂੰ ਵੱਧ ਪੈਸੇ ਮਿਲੇ ਉਹਨਾਂ ਨੇ ਸਿੱਖੀ ਨੂੰ ਛੱਡ ਦਿੱਤਾ ਤੇ ਈਸਾਈ ਬਣ ਗਏ ਤੇ ਦਾਸ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਬੰਦਾ ਧਨ ਦੀ ਖਾਤਰ ਆਪ ਦੇ ਧਰਮ ਨੂੰ ਛੱਡਦਾ ਪਿਓ ਕਦੀ ਵੀ ਧਰਮ ਹੀ ਨਹੀਂ ਹੋ ਸਕਦਾ। ਪੰਜਾਬ ਦੀ ਹਾਲਤ ਵੇਖਦੇ ਪਿਆ ਜਿਹੜੇ ਬੰਦੇ ਪੈਸੇ ਦੀ ਖਾਤਰ ਸਿੱਖੀ ਨੂੰ ਛੱਡ ਕੇ ਈਸਾਈ ਬੰਦੇ ਪਏ ਨੇ ਤੇ ਜੇਕਰ ਕੱਲ ਕੋਈ ਹੋਰ ਵੱਡੀ ਤਕੜੀ ਸਾਮੀ ਆ ਗਈ ਉਹਨਾਂ ਨੂੰ ਵੱਧ ਪੈਸੇ ਦਿੱਤੇ ਤੇ ਉਹ ਆਪ ਦਾ ਧਰਮ ਈਸਾਈ ਧਰਮ ਛੱਡ ਕੇ ਹੋਰ ਕਿਸੇ ਧਰਮ ਦੇ ਵਿੱਚ ਆ ਜਾਣਗੇ। ਧਰਮੀ ਲੋਭੀ ਬੰਦੇ ਦਾ ਕੋਈ ਧਰਮ ਨਹੀਂ ਸੇ ਕਰਕੇ ਸਹਿਬ ਨੇ ਵਚਨ ਕੀਤੇ ਲੋਭੀ ਕਾ ਵੇ ਸਹੋਨਾ ਕੀ ਜੇ ਜੇ ਕਾ ਪਾਰਬ ਸਾਈ ਸਾਹਿਬ ਕਹਿੰਦੇ ਲੋਭੀ ਬੰਦੇ ਦਾ ਭਰੋਸਾ ਨਾ ਕਰੀ ਆਪਾਂ ਵੇਖਦੇ ਆ ਵੇ ਧਨ ਦੇ ਖਾਤਰ ਕੀ ਨਹੀਂ ਹੋ ਰਿਹਾ ਧਨ ਦੇ ਖਾਤਰ ਬੰਦਾ ਆਪਣਾ ਇਮਾਨ ਵੇਚਦਾ ਪਿਆ ਏ ਧਨ ਦੇ ਖਾਤਰ ਬੰਦਾ ਆਪਦੀ ਜ਼ਮੀਰ ਮਾਰਦਾ ਪਿਆ ਏ ਧਨ ਦੇ ਖਾਤਰ ਰਿਸ਼ਤੇਦਾਰਾਂ ਦੇ ਨਾਲ ਲੜਦਾ ਪਿਆ ਧਨ ਦੇ ਖਾਤਰ ਭੈਣ ਭਰਾਵਾਂ ਦੇ ਨਾਲ ਲੜਦਾ ਪਿਆ ਧਨ ਦੇ ਖਾਤਰ ਲੜਾਈਆਂ ਕਰਦਾ ਪਿਆ ਏ ਧਨ ਦੇ ਖਾਤਰ ਖੂਨ ਕਰਦਾ ਪਿਆ ਏ ਧਨ ਦੇ ਖਾਤਰ ਮਨੋਂ ਕੀ ਨਹੀਂ ਕਰਦਾ ਬੜਾ ਕੁਝ ਕਰਦਾ ਪਿਆ ਧਾਰਮਿਕ ਸਿਧਾਂਤਾਂ ਨੂੰ ਵੀ ਧਾਰਮਿਕ ਸਿਧਾਂਤਾਂ ਨੂੰ ਵੀ ਟੰਗ ਦਿੰਦਾ ਵੀ ਆ ਧਾਰਮਿਕ ਸਿਧਾਂਤਾਂ ਦੀ ਮੈਨੂੰ ਕੋਈ ਲੋੜ ਨਹੀਂ ਆਪਾਂ ਵੇਖਦੇ ਹਾਂ ਆ ਜੋ ਕੀ ਸਿਆਸਤ ਕੋਈ ਉਹ ਸਮਾਂ ਹੈ ਵੀ ਗੁਰੂ ਕਲਗੀਧਰ ਪਿਤਾ ਸਿੱਖ ਧਰਮ ਤੋਂ ਆਪ ਦੇ ਪੁੱਤਰਾਂ ਨੂੰ ਵਾਰਦੇ ਪਏ ਨੇ ਤੇ ਅੱਜ ਵੇਖਦੇ ਹਾਂ ਅੱਜ ਦੇ ਸਿਆਸੀ ਲੀਡਰ ਆਪਣੇ ਪੁੱਤਰਾਂ ਤੋਂ ਧਰਮ ਨੂੰ ਵਾਰਦੇ ਪਏ ਨੇ ਧਾਰਮਿਕ ਸਿਧਾਂਤਾਂ ਨੂੰ ਛਿਕੇ ਟਾਂਕੇ ਜਿਤਨਾ ਕਿੱਲੀ ਦੇ ਉੱਤੇ ਕੱਪੜੇ ਨਹੀਂ ਟੰਗੀ ਦੇ ਇਸੇ ਤਰ੍ਹਾਂ ਸਿੱਖੀ ਸਿਧਾਂਤਾਂ ਨੂੰ ਕਿੱਲੀ ਦੇ ਉੱਤੇ ਟੰਗ ਕੇ ਉਹ ਧੰਨ ਦੀ ਖਾਤਰ ਕੁਰਬਾਨ ਪਏ ਕਰਦੇ ਨੇ ਕੁਰਸੀ ਦੀ ਖਾਤਰ ਕੁਰਬਾਨ ਪਏ ਕਰਦੇ ਨੇ ਕੇਵਲ ਤਾਂ ਕੇਵਲ ਇਹ ਕੁਰਸੀ ਨਹੀਂ ਦਿਸਦੀ ਭਾਵੇਂ ਕਾਉਂਸਲਰ ਦੀ ਹੋਏ ਭਾਵੇਂ ਐਮਐਲਏ ਦੀ ਹੋਏ ਭਾਵੇਂ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਹੋਏ ਕੁਰਸੀ ਦੇ ਪਿੱਛੇ ਬੜੀ ਲੜਾਈ ਕਿਸੇ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ਹੋਏ ਕੁਰਸੀ ਦੇ ਪਿੱਛੇ ਬੜਾ ਲੜਾਈ ਝਗੜਾ ਹੁੰਦਾ ਹੈ ਭਾਵੇਂ ਉਹ ਧਾਰਮਿਕ ਖੇਤਰ ਦੇ ਵਿੱਚ ਲਾ ਲਓ ਭਾਵੇਂ ਸਿੱਖੀ ਦੇ ਵਿਚ ਲਾ ਲਓ ਕੁਰਸੀ ਦੀ ਖਾਤਰ ਬੜੀ ਲੜਾਈ ਹੋ ਰਹੀ ਕੁਰਸੀ ਕੱਲੇ ਨਹੀਂ ਦਿਸਦੀ ਪੀ ਕੁਰਸੀ ਦੇ ਪਿੱਛੇ ਐਸੋ ਇਸ਼ਾਰਤ ਨਜ਼ਰ ਆ ਰਿਹਾ ਏ ਕੁਰਸੀ ਦੇ ਪਿੱਛੇ ਬਹੁਤ ਵੱਡਾ ਪੈਸਾ ਨਜ਼ਰ ਆ ਰਿਹਾ ਕੁਰਸੀ ਦੇ ਪਿੱਛੇ ਵੜਿਆਈ ਛਿਪੀ ਹੋਈ ਏ ਕੁਰਸੀ ਦੀ ਖਾਤਰ ਮਨੋ ਕੀ ਨਹੀਂ ਕਰਦਾ ਪਿਆ ਜੇ ਵੇਖਦੇ ਆ ਕੁਰਸੀ ਦੀ ਖਾਤਰ ਸਿੱਖੀ ਸਿਧਾਂਤਾਂ ਨੂੰ ਛਿਕੇ ਟੰਗਿਆ ਜਾ ਰਿਹਾ ਜਿੱਥੇ ਮਰਜ਼ੀ ਮੱਥਾ ਟਕਵਾ ਲਓ ਜੋ ਮਰਜ਼ੀ ਕਰਵਾ ਲਓ ਸਾਨੂੰ ਵੋਟਾਂ ਚਾਹੀਦੀਆਂ ਨੇ ਬਸ ਵੋਟਾਂ ਤੱਕ ਮਤਲਬ ਹੈ ਵੋਟਾਂ ਆਣੀਆਂ ਤੇ ਕੁਰਸੀ ਆਏਗੀ ਜੇਕਰ ਵੋਟਾਂ ਨਹੀਂ ਆਈਆਂ ਤੇ ਕੁਰਸੀ ਨਹੀਂ ਆਏਗੀ ਕਹਿਣ ਤੋਂ ਭਾਵ ਮਨੁੱਖ ਨੇ ਧਰਮ ਦੀ ਧਨ ਦੀ ਖਾਤਰ ਧਰਮ ਨੂੰ ਵਾਰ ਕੇ ਰੱਖ ਦਿੱਤਾ ਹੈ ਇਹਨੇ ਧਰਮ ਦੀ ਲੋੜ ਨਹੀਂ ਸਮਝੀ ਇਹਨੇ ਸੋਚਿਆ ਜਿੱਦਾਂ ਮਰਜੀ ਮੇਰੇ ਕੋਲ ਪੈਸਾ ਆਏ ਭਾਵੇਂ ਮੈਨੂੰ ਆਪ ਦਾ ਧਰਮ ਵੇਚਣਾ ਪਏ ਭਾਵੇਂ ਮੈਨੂੰ ਆਪ ਦੀ ਜ਼ਮੀਰ ਵੇਚਣੀ ਪਏ ਭਾਵੇਂ ਮੈਨੂੰ ਆਪ ਦਾ ਇਮਾਨ ਵੇਚਣਾ ਪਏ ਮੈਂ ਵੇਚ ਦਵਾਂਗਾ ਬਸ ਧਨ ਆ ਜਾਏ ਲੋਭੀ ਬੰਦੇ ਦਾ ਸ਼ੇ ਕਰਕੇ ਸਤਗੁਰੂ ਕਹਰੇ ਨੇ ਲੋਭੀ ਕਾਵੇ ਸਹ ਨ ਕੀਜੈ ਜੇ ਕਾ ਪਾਰਵਸਾਏ ਲੋਭੀ ਬੰਦੇ ਦਾ ਕੋਈ ਭਰੋਸਾ ਨਾ ਕਰੋ ਜਿਹੜਾ ਬੰਦਾ ਆਪਦੀ ਜ਼ਮੀਰ ਨੂੰ ਵੇਚਦਾ ਪਿਆ ਆਪ ਦੇ ਧਰਮ ਨੂੰ ਵੇਚਦਾ ਪਿਆ ਉਸ ਬੰਦੇ ਦਾ ਕੋਈ ਭਰੋਸਾ ਨਹੀਂ ਉਹ ਤੁਹਾਨੂੰ ਵੀ ਵੇਚ ਸਕਦਾ ਹੈ ਤੁਹਾਡੇ ਨਾਲ ਵੀ ਠਗੀ ਕਰ ਸਕਦਾ ਹੈ ਧਨ ਤੇ ਧਰਮ ਧਨ ਕਮਾਉਣ ਵਾਲਿਆਂ ਦੀ ਗਿਣਤੀ ਬੜੀ ਜ਼ਿਆਦਾ ਪਰ ਧਰਮ ਕਮਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਸਹਿਬ ਕਹਿੰਦੇ ਨਾਮ ਜਿਹੜਾ ਧਨ ਹੈ ਪੂਰੇ ਗੁਰ ਤੇ ਨਾਮ ਨੇ ਦਪਾਏ ਆ ਜਿਹੜੀ ਨਾਮ ਦੀ ਦਾਤੇ ਪੂਰੇ ਗੁਰੂ ਤੋਂ ਮਿਲਦੀ ਹੈ ਸਚ ਨਾਮ ਸਦਾ ਮਨ ਸੱਚਾ ਸਜ ਸੇਵ ਦੁਖ ਗਵਾਵਣਿਆ ਅਕਾਲ ਪੁਰਖ ਵੈ ਗੁਰੂ ਦਾ ਨਾਮ ਸੱਚਾ ਤੇ ਜੇਕਰ ਸੱਚਾ ਜੇਕਰ ਮਨ ਸੱਚੇ ਨਾਮ ਨੂੰ ਸਿਮਰਦਾ ਤੇ ਮਨ ਵੀ ਸੱਚਾ ਹੋ ਜਾਏਗਾ ਜਿੰਦੇ ਕਰਕੇ ਸਾਰਾ ਦੁੱਖ ਚਲਾ ਜਾਏਗਾ ਸਦਾ ਹਜੂਰ ਦੂਰ ਨਾ ਜਾਣੋ ਸਹਿਬ ਜੀ ਕਹਿੰਦੇ ਰੱਬ ਨੂੰ ਦੂਰ ਨਾ ਸਮਝੋ ਸਦਾ ਹੀ ਆਪ ਦੀ ਹਜ਼ੂਰੀ ਵਿੱਚ ਸਮਝੋ ਗੁਰ ਸ਼ਬਦ ਦੀ ਹਰ ਅੰਤਰ ਪਛਾਣੋ ਤੇ ਗੁਰੂ ਦੇ ਸ਼ਬਦ ਦੇ ਸਦਕਾ ਰੱਬ ਨੂੰ ਆਪਣੇ ਅੰਦਰ ਸਮਝੋ ਹੁਣ ਵੇਖਿਆ ਜਾਏ ਮਨੁੱਖ ਦੀ ਹਾਲਤ ਅੰਦਰ ਸਮਝਣ ਦੀ ਗੱਲ ਤੇ ਬੜੀ ਦੂਰ ਬੰਦਾ ਬੰਦੇ ਦੇ ਵਿੱਚ ਰੱਬ ਨੂੰ ਵੇਖਦਾ ਨਹੀਂ ਪਿਆ ਉਹ ਬਚਨ ਤੇ ਬਹੁਤ ਪੜਦੇ ਹਾਂ ਕੁਦਰਤ ਕੇ ਸਭ ਬੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਪਰ ਨਹੀਂ ਅੱਜ ਸੰਸਾਰ ਦੇ ਵਿੱਚ ਨਫ਼ਰਤ ਵੱਧੀ ਜਾਰੀ ਪਿਆਰ ਘਟਦਾ ਜਾ ਰਿਹਾ ਬਹੁਤ ਲੜਾਈਆਂ ਝਗੜੇ ਹੋ ਰਹੇ ਨੇ ਵੇਖਿਆ ਜਾਏ 2011 ਦਾ ਪ੍ਰਮਾਣਿਕ ਇਤਿਹਾਸ ਹੈ ਪ੍ਰਮਾਣਿਕ ਜਿਹੜਾ ਕਹਿ ਸਕਦੇ ਹਾਂ ਤੇ 2011 ਸਾਲਾਂ ਦੇ ਵਿੱਚ ਕਈ 10 ਗੁਣਾ ਵੱਧ ਕੇ ਲੜਾਈਆਂ ਹੋਈਆਂ ਨੇ ਦੋ ਵਿਸ਼ਵ ਯੁੱਧ ਹੋ ਚੁੱਕੇ ਨੇ ਤੇ ਕਿਸੇ ਦਾਰਸ਼ਨਿਕ ਤੋਂ ਕਿਸੇ ਨੇ ਪੁੱਛਿਆ ਜੀ ਵੀ ਤੀਸਰਾ ਵਿਸ਼ਵ ਯੁੱਧ ਹੋਏਗਾ ਤੇ ਉਹਨੇ ਆਖਿਆ ਸੀ ਮੈਂ ਚੌਥੇ ਬਾਰੇ ਕਹਿ ਸਕਦਾ ਵਾਂ ਪੁੱਛਣ ਵਾਲਾ ਬੜਾ ਹੈਰਾਨ ਹੋਇਆ ਕਿੰਨ ਲਗਾ ਤੁਸੀਂ ਚੌਥੇ ਬਾਰੇ ਕਿਵੇਂ ਕਹਿ ਸਕਦੇ ਹੋ ਕਿੰਨ ਲਗਾ ਮੈਂ ਕਹਿ ਸਕਣਾ ਚੌਥਾ ਯੁੱਧ ਹੋਏਗਾ ਹੀ ਨਹੀਂ ਕਹਿੰਦਾ ਕਿਉਂ ਕਿੰਨ ਲਗਾ ਜੇਕਰ ਤੀਸਰਾ ਛੱਡ ਗਿਆ ਬਚਣ ਦੀ ਕੋਵਾਸ ਨਹੀਂ ਅੱਜ ਵੇਖਿਆ ਜਾਏ ਹਰੇਕ ਦੇਸ਼ ਦੇ ਕੋਲ ਪਰਮਾਣੂ ਹਥਿਆਰ ਨੇ ਬੜਾ ਅਸਲਾ ਸਵਾਲ ਕਰਕੇ ਪੁੱਛਿਆ ਜਾਈ ਇਤਨਾ ਅਸਲਾ ਪਰਮਾਣੂ ਕਾਸ਼ ਵਾਸਤੇ ਇਕੱਤਰ ਕੀਤਾ ਕਿ ਪੰਛੀਆਂ ਦੀ ਗਿਣਤੀ ਵੱਧ ਗਈ ਕਿ ਖੋਤੀਆਂ ਦੀ ਗਿਣਤੀ ਵੱਧ ਗਈ ਕਿ ਜਾਨਵਰ ਵੱਧ ਗਏ ਨੇ ਨਹੀਂ ਬਸ ਬੰਦੇ ਨੇ ਬੰਦੇ ਨੂੰ ਮਾਰਨ ਵਾਸਤੇ ਇਤਨਾ ਹਸਲਾ ਆਪਣੇ ਕੋਲ ਇਕੱਠਾ ਕੀਤਾ ਹੋਇਆ ਹੈ ਬੰਦੇ ਨੇ ਸਮਝਿਆ ਹੀ ਨਹੀਂ ਕੁਦਰਤ ਕੇ ਸਭ ਬੰਦੇ ਪੜਦੇ ਸਰੂਰਾਂ ਸੁਣਦੇ ਸਰੂਰਾਂ ਪਰ ਸਮਝਿਆ ਨਹੀਂ ਪ੍ਰਸਾਦ ਸਾਹਿਬ ਜੀ ਕਹਿ ਰਹੇ ਨੇ ਗੁਰੂ ਸ਼ਬਦੀ ਹਰ ਅੰਤਰ ਪਛਾਨੋ ਗੁਰੂ ਦੇ ਸ਼ਬਦ ਰਾਹੀ ਰੱਬ ਨੂੰ ਅੰਦਰ ਪਛਾਣਨਾ ਕਰੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਤੇ ਅੰਤ ਵਿੱਚ ਸਾਹਿਬ ਜੀ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ ਰੱਬ ਦੇ ਨਾਮ ਦੇ ਨਾਲ ਵਡਿਆਈ ਮਿਲਦੀ ਹੈ ਪੂਰੇ ਗੁਰ ਤੇ ਪਾਵਣਿਆ ਤੇ ਨਾਮ ਦੀ ਦਾਤ ਪੂਰੇ ਗੁਰੂ ਤੋਂ ਮਿਲਦੀ ਹੈ ਸਭ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰਮਤ ਕਰਨ ਕਿਰਪਾ ਕਰਨ ਆਪਾਂ ਵੀ ਇਹੀ ਅਰਦਾਸ ਕਰੀਏ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੋਲਦਿਆਂ ਤੁ ਬੇੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣ ਗਿਆ ਅਣਜਾਣ ਦਾ ਸ਼੍ਰੀ ਸਮਝ ਕੇ ਮੁਆਫ ਕਰ ਦੇਣੀਆਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ